ਚੰਗਾ ਕੀਤਾ, ਵਾਹ ਜੀ ਵਾਹ। ਪੰਜਾਬੀ 'ਚ ਕਹਿੰਦੇ ਆ ਅਸੀਂ ਨੱਕ ਬਿੰਨ ਦਿਆਂਗੇ, ਅਸੀਂ ਨੱਥ ਪਾ ਦਿਆਂਗੇ। ਆ ਜੀ ਹੁਣ ਨੱਥ ਪੈਣ ਲੱਗੀ ਆ। ਇਹ ਅੰਡ ਵਾਲਾ ਜੀ? ਹਾਂ ਅੰਡ ਵਾਲਾ ਜੀ, ਇਹਨੂੰ ਨੱਥ ਨਾ ਪਾਈ ਜਾਵੇ ਤੇ ਕਾਬੂ ਨਹੀਂ ਆਉਂਦਾ। ਹਾਂਜੀ ਇਹ ਜਾਂਦਾ ਫੇਰ। ਉਹ ਲੰਘ ਗਿਆ ਸੂਗਾ। ਇਹਨੂੰ ਕਹਿੰਦੇ ਨੱਥ ਪਾਉਣਾ। ਨੱਥ ਹਰ ਕੋਈ ਨਹੀਂ ਜੀ ਪਾ ਸਕਦਾ, ਕੋਈ ਕੋਈ ਪਾ ਸਕਦਾ, ਚਾਹੇ ਜਾਨਵਰ ਨੂੰ ਪਾਣੀ ਪਵੇ ਜਾਂ ਕਿਸੇ ਹੋਰ ਸ਼ੈ ਨੂੰ ਵੀ, ਅਤੇ ਹਰ ਬੰਦੇ ਦੇ ਬੱਸ ਦਾ ਰੋਗ ਨਹੀਂ, ਕਿਉਂਕਿ ਬੜੀ ਨਾਜ਼ੁਕ ਜਿਹੀ ਹੱਡੀ ਹੁੰਦੀ, ਨਾਲ ਅਗਰ ਹੱਡੀ ਦੇ ਵਿੱਚ ਸੂਆ ਲੱਗ ਜਾਏ ਤਾਂ ਫਿਰ ਉਹ ਕੰਮ ਹੋ ਜਾਂਦਾ ਖਰਾਬ, ਜ਼ਖਮ ਹੋ ਜਾਂਦਾ, ਉਹਨੂੰ ਆਰਾਮ ਨਹੀਂ ਆਉਂਦਾ, ਜਾਨਵਰ ਕਮਜ਼ੋਰ ਹੋ ਜਾਂਦਾ ਔਰ ਉਹ ਖੂਨ ਨਹੀਂ ਬੰਦ ਹੁੰਦਾ ਅਤੇ ਉਹ ਬਹੁਤ ਤਕਲੀਫ 'ਚ ਹੁੰਦਾ ਜਾਨਵਰ। ਇਹ ਬਰੀਕ ਜਿਹੀ ਝਿੱਲੀ ਆ, ਉਹਦੇ ਵਿੱਚੋਂ ਸੂਆ ਲੰਘ ਗਿਆ, ਰੱਸੀ ਲੰਘ ਗਈ ਆ ਅਤੇ ਹੁਣ ਇਹ ਨੱਥ ਪੈ ਗਈ ਆ। ਇਹਨੂੰ ਚੰਦ ਦਿਨ ਹੁਣ ਇਸੇ ਤਰ੍ਹਾਂ ਇਹਨਾਂ ਨੇ ਨਾ ਹਿਲਾਉਂਦਿਆਂ ਰਹਿਣਾ, ਫਿਰ ਇਹ ਪੱਕੀ ਹੋ ਜਾਣੀ ਆ। ਹਜੇ ਨੱਥ ਨੂੰ ਰੱਸਾ ਨਹੀਂ ਪਾਉਣਾ, ਜਿਸ ਵੇਲੇ ਪੱਕੀ ਹੋ ਜਾਵੇ ਫਿਰ ਇਹਨੂੰ ਪਾ ਲੈਣਾ, ਫਿਰ ਜਾਨਵਰ ਕਾਬੂ ਦੇ ਵਿੱਚ ਰਹਿੰਦਾ ਜੀ। ਹੱਡੀ ਹੁੰਦੀ? ਹਾਂਜੀ ਪਿੱਛੇ ਤੇ ਹੱਡੀ ਹੁੰਦੀ ਸੀ। ਹੱਡੀ ਹੁੰਦੀ ਆ? ਹਾਂਜੀ। ਅੱਛਾ ਜੀ, ਬਰਾਬਰ ਤੁਹਾਨੂੰ ਨੇੜੇ ਆ, ਇੱਥੇ ਲਾਓ ਹੱਥ ਨੱਕ ਨੂੰ, ਨਹੀਂ ਨਾ ਇਹਦੇ ਤੋਂ ਪਿੱਛੇ ਹੱਡੀ ਆ। ਠੀਕ ਆ ਜੀ, ਇਹਦੇ ਇੱਥੇ ਤੱਕ ਇੱਕ ਪੋਟਾ ਹੱਡੀ ਨਹੀਂ ਹੈ। ਅੱਛਾ ਜੀ, ਇਸ ਤੋਂ ਪਿੱਛੇ ਹੱਡੀ ਹੈ, ਇਹਦੇ ਬਰੀਕ ਹੱਡੀ ਹੁੰਦੀ ਹੈ। ਅਗਰ ਉਸ ਹੱਡੀ ਨੂੰ ਲੱਗ ਜਾਏ ਜਨਾਬ ਤਾਂ ਖੂਨ ਬੰਦ ਹੀ ਨਹੀਂ ਹੁੰਦਾ, ਫਿਰ ਖੂਨ ਬੰਦ ਨਹੀਂ ਹੁੰਦਾ, ਭਾਵੇਂ 20 ਸਾਲ ਜਨਾਬ 100 ਸਾਲ ਵੀ ਲੰਘ ਜਾਏ। ਠੀਕ ਹੋ ਗਿਆ, ਪਤਾ ਜਿਹਨਾਂ ਨੂੰ ਹੱਡੀ ਪਾਉਂਦੇ ਨਾਲ। ਅੱਛਾ, ਜਿੱਦਾਂ ਜਿੱਦਾਂ ਉਮਰ ਵੱਧਦੀ ਜਾਵੇ ਹੱਡੀ ਦੂਰ ਹੁੰਦੀ ਜਾਂਦੀ ਹੈ। ਅੱਛਾ ਜੀ, ਹੱਡੀ ਨਾਲ ਘੱਟ ਵੱਧਦੀ ਹੈ। ਠੀਕ ਹੈ ਜੀ, ਕਿਉਂਕਿ ਹੱਡੀ ਜਿਹੜੀ ਹੁਣ ਵੱਧ ਗਈ ਇੱਥੇ ਰਹਿਣੀ ਹੈ। ਠੀਕ ਹੋ ਗਿਆ, ਮਗਰ ਮਾਸ ਜਿਹੜਾ ਅਗਲਾ ਉਹ ਵੱਧਦਾ ਰਹਿਣਾ। ਨਾਲੇ ਜੀ ਹੁਣ ਹੋ ਗਿਆ, ਇਹਦੀ ਕਿੰਨੀ ਉਮਰ ਹੋ ਗਈ ਹੋਊਗੀ? ਇਹਦੀ ਉਮਰ ਦੇ ਨਾਲ ਤਕਰੀਬਨ 1.5 ਸਾਲ ਆ। 1.5 ਸਾਲ ਆ ਅਤੇ ਹੁਣ ਇਹ ਜਦੋਂ ਠੀਕ ਹੋ ਜਾਏਗਾ ਹੁਣ ਇਹਨੂੰ ਸਿਖਾ ਲੈਣਾ ਹਲਵਾਣਾ। ਹਲਵਾਣਾ ਜੀ, ਠੀਕ ਹੈ ਜੀ, ਚਲੋ ਠੀਕ ਹੋ ਗਿਆ ਜੀ। ਇਹਨੂੰ ਆਵਾਜ਼ ਜੀ ਫੇਰੇ ਮਾੜੇ ਚੰਗੇ ਢੱਗੇ ਨਾਲ ਜਨਾਬ ਮਾੜੇ ਅੱਜ ਹੀ ਫੇਰੇ ਲਾਉਣ ਲੱਗ ਪਏ। ਇਹ ਨਸਲ ਕਿਹੜੀ ਆ ਜੀ? ਇਹ ਜੀ ਨਸਲ ਧੰਨੀ ਆ। ਇਹ ਧੰਨੀ ਦੀ ਨਸਲ ਆ, ਚਕਵਾਲ ਦੀ। ਹਲ ਵਾਸਤੇ ਧੰਨੀ ਦੀ ਨਸਲ ਬਿਹਤਰੀਨ ਗਿਣੀ ਜਾਂਦੀ ਹੈ। ਕਦੀ ਹਸਾਰੀ ਹੁੰਦੇ ਸੀ, ਹਸਾਰ ਰਹਿ ਗਿਆ ਇੰਡੀਆ 'ਚ, ਹੁਣ ਉਹ ਹੌਲੀ ਹੌਲੀ ਨਸਲ ਮੋਕੀ ਗਈ ਆ। ਬੜੇ ਵੱਡੇ ਵੱਡੇ ਸਿੰਘ ਹੁੰਦੇ ਸੀ ਤਾਂ ਕੋਠੇ ਜਿਹੜੇ ਜਿਹੜੇ ਢੱਗੇ ਹੁੰਦੇ ਸੀ। ਹਾਂਜੀ, ਧੰਨੀ ਦੇ ਬੜੇ ਫੁਰਤੀਲੇ ਢੱਗੇ ਆ ਜੀ। ਨਹੀਂ ਨਹੀਂ ਉਹ ਤਾਂ ਟਰੈਕਟਰ ਨਾਲ ਵੱਧ ਕੰਮ ਕਰਦੇ ਹੁੰਦੇ ਸੀ ਹਸਾਰੀ ਢੱਗੇ। ਠੀਕ ਆ ਜੀ, ਹਾਂਜੀ, ਅੱਗੇ ਸਾਰੀ ਲੈਵਲਿੰਗ ਜਿਹੜੀ ਸੀਗੀ ਕਰਾਈ ਸਭ ਢੱਗਿਆਂ ਨਾਲ ਹੀ ਹੁੰਦੀ ਸੀ, ਹੁਣ ਹੀ ਮਸ਼ੀਨਰੀ ਆਈ ਆ। ਲੇਕਿਨ ਇਹ ਜਿਹੜਾ ਸੀਗਾ ਨਾ ਜੀ ਤਰੀਕਾ ਦੇਸੀ, ਇਹ ਤਰੀਕਾ ਹੀ ਆ ਔਰ ਬਹੁਤ ਘੱਟ ਲੋਕ ਆ ਜਿਨ੍ਹਾਂ ਦੇ ਰਹਿ ਗਿਆ। ਮੇਰਾ ਖਿਆਲ ਆ ਇਸ ਪਿੰਡ ਦੇ ਵਿੱਚ ਕਿਹਨਾਂ ਕੋਲ ਹੀ ਰਹਿ ਗਏ। ਹਾਂਜੀ, ਠੀਕ ਹੋ ਗਿਆ, ਠੀਕ ਆ ਜੀ, ਚੰਗਾ ਜੀ, ਸਲਾਮ ਅਲੈਕੁਮ।